ਚੌਥੀ ਕਲਾਸ ਦੇ ਵਿੱਚ ਪੜ੍ਹਦੇ ਬੱਚਿਆਂ ਨੇ ਬੰਕ ਮਾਰਿਆ ਤੇ ਬੱਸ ਚੜ੍ਹ ਗਏ। ਫਿਰ ਥਾਣੇ ਪਹੁੰਚ ਗਏ, ਮਾਪਿਆਂ ਨੂੰ ਫੋਨ ਆਇਆ ਤਾਂ ਹੋਸ਼ ਉੱਡ ਗਏ। ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦੇ ਅੰਦਰ ਛੱਡ ਕੇ ਆਏ ਸੀ, ਪਰ ਬੱਚਿਆਂ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਅੱਜ ਬੰਕ ਮਾਰਿਆ ਜਾਵੇ। ਸਕੂਲ ਦੇ ਪਿਛਲੇ ਦਰਵਾਜ਼ੇ ਦੇ ਵਿੱਚੋਂ ਦੀ ਭੱਜ ਗਏ ਔਰ ਇੱਕ ਬੱਸ ਚੜ੍ਹ ਗਏ, ਭਿੱਖੀ ਵਿੰਡ ਪਹੁੰਚ ਗਏ। ਉੱਥੇ ਕਿਸੇ ਸ਼ਖਸ ਨੇ ਇਹਨਾਂ ਬੱਚਿਆਂ ਨੂੰ ਥਾਣੇ ਦੇ ਵਿੱਚ ਪਹੁੰਚਾ ਦਿੱਤਾ। ਥਾਣੇ ਦੇ ਵਿੱਚੋਂ ਮਾਪਿਆਂ ਨੂੰ ਫੋਨ ਆਇਆ, ਫੋਨ ਸੁਣਦੇ ਸਾਰ ਮਾਪਿਆਂ ਦੇ ਹੋਸ਼ ਉੱਡ ਗਏ ਔਰ ਤੁਰੰਤ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਥਾਣੇ ਪਹੁੰਚ ਗਏ ਤਾਂ ਪੁਲਿਸ ਨੇ ਇਹਨਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ। ਮਾਪਿਆਂ ਦੇ ਵੱਲੋਂ ਸਕੂਲ ਦੇ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਗਏ ਨੇ ਕਿ ਜਦ ਸਾਡੇ ਬੱਚੇ ਸਕੂਲ ਦੇ ਵਿੱਚ ਪਹੁੰਚ ਗਏ ਤਾਂ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਕੂਲ ਦੇ ਪ੍ਰਬੰਧਕਾਂ ਦੀ ਬਣਦੀ ਹੈ ਕਿ ਕਿਵੇਂ ਸਕੂਲ ਦੇ ਵਿੱਚੋਂ ਇਹ ਬੱਚੇ ਭੱਜ ਗਏ ਔਰ ਪਿਛਲੇ ਦਰਵਾਜ਼ੇ ਕਿਉਂ ਖੁੱਲ੍ਹੇ ਰੱਖੇ ਗਏ। ਤਾਂ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਚੌਥੀ ਕਲਾਸ ਦੇ ਵਿੱਚ ਪੜ੍ਹਦੇ ਇਹ ਬੱਚੇ ਜਿਨ੍ਹਾਂ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਬੰਕ ਮਾਰਿਆ ਜਾਵੇ। ਸਕੂਲ ਦੇ ਨੇੜੇ ਹੀ ਇਹਨਾਂ ਨੇ ਬੱਸ ਫੜੀ ਤੇ ਭਿੱਖੀ ਵਿੰਡ ਪਹੁੰਚ ਗਏ, ਫਿਰ ਥਾਣੇ ਪਹੁੰਚ ਗਏ। ਥਾਣੇ ਦੇ ਵਿੱਚੋਂ ਹੀ ਮਾਪਿਆਂ ਨੂੰ ਫੋਨ ਆਇਆ ਕਿ ਆਪਣੇ ਬੱਚੇ ਆ ਕੇ ਲੈ ਜਾਵੋ। ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਤੇ ਇੱਥੋਂ ਦੇ ਪ੍ਰਬੰਧਕਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ। ਇਸ ਤਰ੍ਹਾਂ ਹੋਇਆ ਜੀ, ਅੱਜ ਬੱਚੇ ਸਕੂਲ ਆਏ ਸੀ ਤੇ ਬੱਚੇ ਰਿਸੈਸ ਤੋਂ ਬਾਅਦ ਕਿਤੇ ਉਹਨਾਂ ਨੂੰ ਸਕੂਲ ਦਾ ਗੇਟ ਨਾ ਖੁੱਲ੍ਹਣ ਨੂੰ ਮਿਲ ਗਿਆ, ਸਕੂਲ ਦਾ ਗੇਟ ਥੋੜ੍ਹਾ ਜਿਹਾ ਖੁੱਲ੍ਹਣ ਨੂੰ ਮਿਲ ਗਿਆ ਅਤੇ ਇਹਨਾਂ ਨੇ ਆਪਾਂ 'ਚ ਕੋਈ ਤਾਂ ਪਲੈਨਿੰਗ ਕਰ ਲਈ ਕਿ ਆਪਾਂ ਅੱਜ ਬੰਕ ਕਰਦੇ ਹਾਂ। ਬੰਕ ਕਰਨ ਦੇ ਨਾਲ ਨਾਲ ਕੀ ਹੋਇਆ ਕਿ ਇਹਨਾਂ ਨੇ ਨਾ ਇੱਥੋਂ ਪੁਲਿਸ ਲਾਈਨ ਤੋਂ ਤੁਰ ਕੇ ਅਤੇ ਇਹ ਉੱਥੋਂ ਲਾਵਲਟੀ ਚੌਂਕ ਤੱਕ ਗਏ ਪੈਦਲ, ਉੱਥੋਂ ਪੈਦਲ ਗਏ ਆ। ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਆਟੋ ਕੀਤਾ, ਆਟੋ ਕਰਨ ਤੋਂ ਬਾਅਦ ਇਹਨਾਂ ਨੇ ਬੱਸ ਸਟੈਂਡ ਚਲੇ ਗਏ ਹੈ। ਹਜੇ 8-8 ਸਾਲ ਦੇ ਬੱਚੇ ਨੇ, 9-9 ਸਾਲ ਦੇ, ਅਤੇ ਉਸ ਤੋਂ ਬਾਅਦ 8-8-9 ਸਾਲ ਦੇ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਆਟੋ ਵਾਲੇ ਨੇ ਚਲੋ ਬਿਠਾ ਲਿਆ ਹੋਏਗਾ। ਉਸ ਤੋਂ ਬਾਅਦ ਐਂ ਬੱਸ 'ਚ ਬੈਠ ਗਏ ਨੇ, ਬੱਸ ਸਟੈਂਡ ਵਾਲੇ ਨੂੰ ਬੱਸ ਵਾਲੇ ਨੂੰ ਪੁੱਛਿਆ ਅਸੀਂ ਜਾਣਾ, ਉਹ ਕਹਿੰਦਾ ਜੀ ਐਂ ਤਾਂ ਬੱਸ ਭਿੱਖੀ ਬਣ ਜਾਣੀ ਹੈ। ਮੈਂ ਤਾਂ ਕਹਿੰਦਾ ਉਹ ਘਟਾਉਣਾ ਕੰਡਕਟਰ ਜੀ ਨੇ ਇਹਨਾਂ ਨੂੰ ਬੱਸ 'ਚ ਬਿਠਾ ਲਿਆ। ਉਹਨੇ ਕਿਹਾ ਜੀ ਬੱਸ ਭਿੱਖੀ ਬਣ ਜਾਏ, ਕਹਿੰਦੇ ਸਾਨੂੰ ਭਿੱਖੀ ਵਿੰਡੀ ਲੈ ਜਾਓ ਜੀ, ਹੋ ਸਕਦਾ ਉਹ ਕਹਿੰਦਾ ਮੈਂ ਖੇਮ ਕਰਨ ਜਾਣਾ, ਖੇਮ ਕਰਨ ਚੱਲ ਜਾਂਦੇ। ਉਹ ਉਹਨਾਂ ਨੇ ਕਿਹਾ ਜੀ ਉਹ ਭਿੱਖੀ ਬਣ ਜਾਣੀ ਬੱਸ 'ਤੇ, ਇਹਨਾਂ ਨੂੰ ਬੱਸ 'ਚ ਬਿਠਾ ਲਿਆ। ਇਹ ਬੇਟਾ ਜੀ ਮੇਰਾ ਅਤੇ ਇਹ ਬੱਸ 'ਚ ਬਹਿ, ਮਤਲਬ ਛੋਟੇ ਹੀ ਨੇ, ਇਹਨਾਂ ਨੂੰ ਕੋਈ ਸਮਝਦੇ ਨਹੀਂ ਹੈਗੀ ਨਹੀਂ। ਬੱਸ ਇਹ ਬੱਸ 'ਚ ਬਹਿ ਕੇ ਜੀ ਭਿੱਖੀ ਬਣ ਪਹੁੰਚ ਗਏ। ਉੱਥੇ ਜਾ ਕੇ ਪਤਾ ਨਹੀਂ ਇਹਨਾਂ ਦੇ ਮਨ 'ਚ, ਉਹਨਾਂ ਨੇ ਤਾਰ ਤਾ ਬੱਸ ਵਾਲੇ ਨੇ ਕਿ ਆਪ ਹੀ ਉੱਤਰ ਗਏ ਆ। ਫਿਰ ਉੱਥੋਂ ਮੈਨੂੰ ਕਿਸੇ ਬੰਦੇ ਦੀ ਕਾਲ ਆਈ ਹੈ ਕਿ ਤੁਹਾਡਾ ਬੱਚਾ ਇੱਦਾਂ ਦਾ ਭਿੱਖੀ ਬਿੰਡ ਆ ਗਿਆ। ਮੈਨੂੰ ਲੱਗਿਆ ਫਰੋਡ ਕਾਲ ਹੈ, ਮੈਂ ਕਿਹਾ ਜੀ ਮੇਰੇ ਬੱਚੇ ਨਾਲ ਗੱਲ ਕਰਾ ਦਿਓ। ਜਦੋਂ ਮੇਰੇ ਬੱਚੇ ਨਾਲ ਗੱਲ ਕਰਾਈ, ਮੈਂ ਕਿਹਾ ਹਾਂਜੀ ਇਹ ਤਾਂ ਮੇਰਾ ਹੀ ਬੱਚਾ ਜੀ, ਅਤੇ ਮੈਨੂੰ ਕਿਹਾ ਗੁਰੂ, ਉਹ ਕਹਿੰਦਾ ਪਾਪਾ ਹੀ ਭਿੱਖੀ ਬਿੰਡ ਆ ਗਏ। ਮੈਂ ਕਿਹਾ ਮੈਂ ਬੜਾ ਹੈਰਾਨ, ਮੈਂ ਕਿਹਾ ਯਾਰ ਭਿੱਖੀ ਬਿੰਡ ਕਿੱਦਾਂ ਪਾਉਣਗੇ? ਦੇਖੋ ਜੀ ਉਹ ਤਾਂ ਹੈ ਹੀ ਹੈ, ਤੁਹਾਡੇ ਸਾਹਮਣੇ ਹੀ ਹੈ। ਕਿਹੜਾ ਸਕੂਲ? ਪੁਲਿਸ ਡੀ ਏ ਵੀ। ਕਿੰਨੇ ਬੱਚੇ ਗਏ ਸੀ? 2 ਬੱਚੇ। ਜਦੋਂ ਸਾਨੂੰ ਪਤਾ ਲੱਗਾ ਜੀ, ਅਸੀਂ ਸਾਰਾ ਸਕੂਲ ਚੈੱਕ ਕਰਵਾਇਆ ਪਹਿਲੇ। ਅਸੀਂ ਕਿਹਾ ਬੱਚੇ ਕੀ ਹੁੰਦੇ ਆ, ਬੱਚੇ ਕਈ ਵਾਰੀ ਉੱਥੋਂ ਸਵਿੰਗਸ ਲੈਣ ਚਲੇ ਜਾਂਦੇ ਆ। ਅਸੀਂ ਪੂਰਾ ਸਕੂਲ ਚੈੱਕ ਕਰਵਾਇਆ, ਸਾਨੂੰ ਬੱਚੇ ਨਹੀਂ ਮਿਲੇ। ਇਨ ਦਾ ਮੇਨ ਟਾਈਮ ਸਾਨੂੰ ਪਤਾ ਲੱਗ ਗਿਆ ਕਿ ਬੱਚਾ ਸਕੂਲ 'ਚ ਹੈ ਹੀ ਨਹੀਂ। ਰਿਸੈਸ ਸੀ ਨਾ, ਕਿਉਂਕਿ ਰਿਸੈਸ ਤੋਂ ਬਾਅਦ, ਕਿਉਂਕਿ ਰਿਸੈਸ 'ਚ ਨਾ ਬੱਚਿਆਂ ਨੂੰ ਕਹਿ ਕੇ ਗਏ ਆਪਣੀ ਕਲਾਸ ਦੇ ਬੱਚਿਆਂ ਨੂੰ। ਜਦੋਂ ਅਗਲਾ ਟੀਚਰ ਗਿਆ ਨਾ ਪੀਰੀਅਡ ਲੈਣ, ਤਾਂ ਬੱਚਿਆਂ ਨੇ ਦੱਸਿਆ, ਕਹਿੰਦੇ ਮੈਮ ਉਹ ਸਾਨੂੰ ਕਹਿ ਕੇ ਗਏ ਸੀ ਕਿ ਅਸੀਂ ਇਹ ਪੀਰੀਅਡ 'ਚ ਝੂਲੇ ਲੈਣ ਜਾਣਾ। ਅਸੀਂ ਪੂਰਾ ਸਕੂਲ ਚੈੱਕ ਕਰਵਾਇਆ ਇਨ ਦਾ ਮੀਨ ਟਾਈਮ। ਦੇਖੋ ਬਹੁਤ ਵੱਡਾ ਕੈਂਪਸ ਹੈ, ਅਸੀਂ ਸਾਰੇ ਰੂਮਸ ਚੈੱਕ ਕਰਵਾਏ, ਸਾਰੇ ਕੈਂਪਸ ਚੈੱਕ ਕਰਵਾਇਆ। ਜਦੋਂ ਸਾਨੂੰ ਬੱਚੇ ਕਿਤੇ ਨਹੀਂ ਮਿਲੇ, ਇਨ ਦਾ ਮੀਨ ਟਾਈਮ ਸਾਨੂੰ ਪਤਾ ਚੱਲ ਗਿਆ ਕਿ ਬੱਚੇ ਤਾਂ ਉੱਥੇ ਪਹੁੰਚੇ ਹੋਏ ਆ। ਫਿਰ ਅਸੀਂ ਪੇਰੈਂਟਸ, ਕਿੰਨੇ ਗੇਟ ਨੇ ਸਕੂਲ ਦੇ? ਕਿੰਨੇ ਗੇਟ ਨੇ ਸਕੂਲ ਦੇ? ਗੇਟ ਹੈ ਜੀ 3। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਇਹਨਾਂ ਨੇ ਦੱਸੇ ਮਾਪਿਆਂ ਨੇ ਨਹੀਂ ਰਿਸੈਸ ਚ ਨਹੀਂ ਹੋਏ ਜੀ, ਰਿਸੈਸ ਚ ਨਹੀਂ ਹੋਏ, ਰਿਸੈਸ ਤੋਂ ਬਾਅਦ ਨਿਕਲੇ ਅਸੀਂ, ਰਿਸੈਸ ਚ ਨਹੀਂ ਗਏ, ਰਿਸੈਸ ਤੋਂ ਬਾਅਦ ਨਿਕਲੇ ਆ।
ਅੱਛਾ ਜਿਹੜੇ ਗੇਟ ਤੋਂ ਨਿਕਲੇ ਨੇ ਬੱਚੇ ਉਹ ਦੇਖੋ ਸਿਕਿਉਰਿਟੀ ਗਾਰਡ ਸੁਣੋ 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 ਮੇਰੀ ਗੱਲ ਉਹ ਗੇਟ ਹਮੇਸ਼ਾ ਬੰਦ ਰਹਿੰਦਾ ਸਵੇਰੇ ਸਾਡੀ ਬੱਸਿਸ ਆਉਂਦੀਆਂ ਉਹ ਗੇਟ 'ਚੋਂ ਅਤੇ ਜਦੋਂ ਬੱਸਿਸ ਜਾਂਦੀਆਂ ਉਦੋਂ ਗੇਟ ਖੁੱਲਦਾ ਅੱਜ ਕੋਈ ਬੱਸ ਰਿਪੇਅਰ ਹੋਣ ਨਹੀਂ ਜਾਣੀ ਸੀ ਜਦੋਂ ਉਹ ਬੱਸ ਨਿਕਲੀ ਹੈ ਗੇਟ 'ਚੋਂ ਨਾਲ ਹੀ ਉਹ ਬੱਚੇ ਨਿਕਲ ਅਸੀਂ ਅਨਗੈਲੀ ਮੰਨਦੇ ਹਾਂ ਕਿ ਨਹੀਂ ਮੰਨਦੇ ਨਹੀਂ ਦੇਖੋ ਅਨਗੈਲੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਬੱਚੇ ਉਸ ਗੇਟ 'ਚੋਂ ਹਾਂਜੀ ਹਾਂਜੀ ਇਹ ਬੱਚਿਆਂ ਨੇ ਆਪ ਦੱਸਿਆ ਸਾਨੂੰ ਅਜੇ ਤਾਂ ਸਾਨੂੰ ਟਾਈਮ ਹੀ ਨਹੀਂ ਮਿਲਿਆ ਕੁਝ ਚੈੱਕ ਕਰਨ ਦਾ ਅਸੀਂ ਉਦੋਂ ਤਾਂ ਬੱਚਿਆਂ ਲਈ ਵਰਿਡ ਹਾਂ ਜੀ ਅਸੀਂ ਆਪ ਫਿਰ ਭਿੱਖੀ ਵਿੰਡ ਜਾ ਕੇ ਬੱਚਿਆਂ ਨੂੰ ਲੈ ਕੇ ਆਏ ਹਾਂ ਦੇਖੋ ਜੀ ਦੇਖੋ ਜੀ ਬਿਲਕੁਲ ਜੀ ਬਿਲਕੁਲ ਅਸੀਂ ਮੰਨਦੇ ਹਾਂ ਜੀ ਅਸੀਂ ਮੰਨਦੇ ਹਾਂ ਕਿ ਜਦੋਂ ਬੱਸ ਗਈ ਸੀ ਉਦੋਂ ਬੱਚੇ ਬੱਸ ਦੇ ਨਾਲ ਹੀ ਨਿਕਲ ਗਏ ਅਨਗੈਲੀ ਆਪਾਂ ਮੰਨਦੇ ਹਾਂ ਕਿ ਨਹੀਂ ਦੇਖੋ ਅਨਗੈਲੀ ਕੀ ਇਹਨੂੰ ਹਿਊਮਨ ਐਰਰ ਕਹਿ ਸਕਦੇ ਹਾਂ ਅਸੀਂ ਜਾਂ ਕੁਝ ਵੀ ਕਹਿ ਸਕਦੇ ਹਾਂ ਨਾ ਕਿੰਨੇ ਬੱਚੇ ਮੈਮ ਇੱਥੇ ਪੜ੍ਹਦੇ ਨੇ ਸਾਡੇ ਕੋਲ ਹੈਗੇ ਜੀ 900 950 ਦੇ ਆਸਪਾਸ ਯਾਨੀ 1000 ਬੱਚਾ ਹੈਗਾ ਤਾਂ 1000 ਬੱਚੇ ਦਾ ਧਿਆਨ ਰੱਖਣ ਵਾਸਤੇ ਦੇਖੋ ਬਿਲਕੁਲ ਜੀ ਅਸੀਂ ਹੈਗੇ ਹਾਂ ਜੀ ਮਾਪੇ ਨੂੰ ਦੇਖੋ ਦੇਖੋ ਤੋਂ ਬਾਅਦ ਸਕੂਲ ਦੇ ਉੱਤੇ ਭਰੋਸਾ ਦੇਖੋ ਅਸੀਂ ਬਿਲਕੁਲ ਦੇਖੋ ਜਦੋਂ ਤੱਕ ਬੱਚਾ ਸਕੂਲ 'ਚ ਉਹ ਸਾਡੀ ਰਿਸਪੋਂਸੀਬਿਲਟੀ ਹੈ ਜੀ ਉਸ ਅਸੀਂ ਤਾਂ ਹੀ ਇੱਥੇ ਬੈਠੇ ਹੋਏ ਹਾਂ ਉਹ ਸਾਡੀ ਰਿਸਪੋਂਸੀਬਿਲਟੀ ਹੈ ਕਰੋਗੇ ਕਿ ਕਿੱਥੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ